स्वागत है किसान वीरों तुहाडा अपने यूट्यूब चैनल से लोडेरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लिओ। सो किसी भी वीर ने इदां दी ऐड करवाउणी होवे तां मेरा कॉन्टैक्ट नंबर आ 84 270 1917। सो अज दी वीडियो विच आपां दो गड़ा दिखावांगे। पहले नंबर ते साहीवाल दा क्रॉस हल्का जिहा सूई हुई, दूजे नंबर ते क्रॉस बैड गब्बड़, दोनों नग चंगे ते वड्डे कद काठ लै। सो अगे बाकी डिटेल वीर तों लैणे आ। सति श्री अकाल भाई। हाँ जी वीरे, नाम एड्रैस बोलिए अपने। जिला बरनाला पै गया ते नंबर बोली भाई अपना 98725 48 727। सो अज दी वीडियो मैं अपने पिंडों ही कवर करदा वा, व्यापार दा काम आ बाईयां दा। ते वीरे जी पहले नंबर ते आपां बैड देखदे पए, साहीवाल दा हल्का जिहा क्रॉस आ गया हैना, ते इहनूं दिन किन्ने हो गए सही सूई नूं? तीजा दिन नाड़ूआ नाल आ जम्मा हैना। पिछे बच्छा जां बच्छी आ? ठीक है बच्छा। ਤੇ ਵੀਰੇ ਸੂਆ ਦੂਜਾ ਸੂਈ ਆ ਤੇ ਜੇਰ ਵਗੈਰਾ ਵਧੀਆ ਪੈ ਗਈ ਜਮਾ? ਠੀਕ ਹੈ। ਦੁੱਧ ਕਿੰਨਾ ਵੀਰੇ ਹੁਣ ਜਮਾ? ਠੀਕ ਹੈ 19 ਲੀਟਰ ਹੈਗਾ ਨਿਬੜੂ ਜਮਾ, ਮੰਨ ਕੇ ਚੱਲੇ ਵੀ 9 ਲੀਟਰ ਡੰਗਦਾ ਨਿਬੜੂ, ਘੱਟਦਾ ਤਾਂ ਨਹੀਂ? ਹੋਰ ਨਾ ਬੰਦਾ ਮੇਰੇ ਘਰੇ ਅੱਜ ਕੋਲੀ ਪਿੰਡ ਦੀ ਗੱਲ ਆ। ਠੀਕ ਹੈ ਠੀਕ ਹੈ ਜੀ। ਸੋ ਵੀਰੋ ਵੀਰ ਕਹਿੰਦਾ ਖਰਚਾ ਦੇਵਾਂਗੇ ਜਮਾ, ਹੈ 20 ਪਰ ਡਰਦੇ ਡਰਦੇ 19 ਕਿਹਾ, ਪਰ ਆਪਾਂ 18 ਹੀ ਕਹਿਤਾ ਜਮਾ, ਕਿਉਂਕਿ ਘੱਟ ਨਾ ਜਾਵੇ 9 ਲੀਟਰ ਡੰਗ ਦਾ। ਇਹਦੇ ਥੱਲੇ ਤੁਸੀਂ ਮਿਣ ਸਕਦੇ ਹੋ, ਕਰੋਸ ਆ ਗਈ, ਬਹੁਤ ਵਧੀਆ ਗਾਂ ਮੰਨ ਕੇ ਚਲੋ, ਜਿਵੇਂ ਸਿਆਲ ਦਾ ਮਹੀਨਾ ਸਟਾਰਟ ਹੋ ਗਿਆ। ਅਤੇ ਦੁੱਧ ਵੀਰੇ ਵੱਧ ਤੋਂ ਵੱਧ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੇ ਦੂਗੀ? ਠੀਕ ਹੈ, ਮੰਨ ਲਾ ਮੇਲਾ ਵਗੈਰਾ ਮਾਰ ਗਈ ਤਾਂ 23-22 ਲੀਟਰ ਦੇ ਸਕਦੀ ਹੈ, ਵੀ 24-25। ਪਰ ਜਿਹੜਾ ਵੀਰ ਖਰੀਦਦਾ ਉਹਦੀ 22 ਮੰਨ ਕੇ ਲੈ ਲਵੇ, ਅਤੇ ਭਾਅ ਫਿਰ ਇਹਦਾ ਜੈਨੂਨ ਜਾਂ ਮੰਗਣਾ, ਫਾਲਤੂ ਪੈਸੇ ਨਹੀਂ ਮੰਗਣਾ ਆਪਾਂ, ਫਿਕਸ ਪ੍ਰਾਈਸ ਵਾਲੇ। ਠੀਕ ਹੈ, ਭਾਅ ਫੋਨ 'ਤੇ ਕਰਨਾ? ਹਾਂਜੀ ਵੀਰੇ, ਭਾਅ ਦੱਸ ਹੀ ਦਿੰਦੇ ਕਿੰਨਾ? ਮਾੜੀ ਮੋਟੀ ਛੋੜ ਹੋ ਜੂਗੀ। ਠੀਕ ਹੈ, ਤੋਰ ਦਿਓ ਬਾਹਰ ਨੂੰ। ਸੋ ਵੀਰੇ 70,000 ਰੁਪਇਆ ਇਹਦਾ ਹੈਗਾ ਮੁੱਲ ਕੀਤਾ ਬਾਈਆਂ ਨੇ, ਅਤੇ ਬੈੜ ਆ ਗਈ ਕਰੋਸ ਅੰਗ ਦੇ ਵਿੱਚ ਸਾਹੀਵਾਲ ਨਾਲ, ਅਤੇ ਠੰਡੀ ਵਗੈਰਾ ਵੀਰੇ ਪੂਰੀ ਫੁੱਲ ਹੈ ਜਮਾਂ। ਠੀਕ ਹੈ, ਐਂ ਮੰਨ ਕੇ ਚੱਲੋ ਇੱਕ ਤਰ੍ਹਾਂ ਦੀ ਆਪਾਂ ਮੱਝ ਲੈ ਇਹਨੂੰ ਕੰਪੇਅਰ ਕਰੀਏ, ਜੇ ਆਪਾਂ 20 ਲੀਟਰ ਵਾਲੀ ਮੱਝ ਖਰੀਦਣ ਚਲੇ ਜਾਈਏ ਤਾਂ ਆਪਾਂ ਨੂੰ ਪਤਾ ਵੀ ਉਹ ਕੀਮਤਾਂ 2.5-3 ਲੱਖ 'ਚ ਜਾ ਵੜਦੀਆਂ। ਅਤੇ ਪਰ ਇਹ ਮੰਨ ਕੇ ਚਲੋ ਸੁਨੱਖਾਪਣ ਬਿਊਟੀ ਬੈੜ ਤਾਂ ਬਹੁਤ ਜ਼ਿਆਦਾ ਆ, ਫੇਸ ਕੁਆਲਿਟੀ ਵਗੈਰਾ ਦੇਖੋ ਜੀ, ਅਤੇ ਬਾਕੀ ਅਡਰਵੇਅਰ ਫੈਟ ਮੰਨ ਕੇ ਚਲੋ ਹੋਊ ਇਹਦੀ 5 ਦੇ ਲਗਭਗ ਜੀ। ਹਾਂਜੀ 6 ਫੈਟ ਹੁੰਦੀ। ਅੱਛਾ, ਮੰਨ ਕੇ ਚਲੋ ਮੱਝ ਜੇ 100 ਪੈਸੇ ਤਾਂ ਇਹ ਆਪਾਂ 75 ਪੈਸੇ ਮੰਨ ਸਕਦੇ ਇਹਨੂੰ, ਸਮਾਰ ਕੇ ਲੰਬੀ ਤੌਰ ਚੀਜ਼ ਤੋਰਨ ਵਾਲੀ ਆ। ਸੋ ਇੱਦਾਂ ਦੇ ਬੈੜਾਂ ਜਿਵੇਂ ਮੰਨ ਕੇ ਚਲੋ ਪਾਕਿਸਤਾਨ ਦੇ ਵੀਰਾਂ ਕੋਲ ਬਹੁਤ ਜ਼ਿਆਦਾ ਤਮੰਨਾ ਰਹਿੰਦੀ ਆ, ਬਹੁਤ ਫੇਵਰੇਟ ਕਰਦੇ ਆ ਪਾਕਿਸਤਾਨ ਦੇ ਵਿੱਚ ਅਤੇ ਆਊਟ ਆਫ ਸਟੇਟਾਂ ਦੇ ਵਿੱਚ। ਸੋ ਵੀਰੋ ਤੋਰ ਵਗੈਰਾ ਦੇਖ ਕੇ ਕੁਆਲਿਟੀ ਵਗੈਰਾ ਚੈੱਕ ਕਰੋ, ਪੂਰੀ ਰਾਜੀ ਰੂਜੀ ਪਲੀ ਵੀ ਜਾਵਾਂਗੀ, ਅਤੇ ਐਂ ਮੰਨ ਕੇ ਚੱਲੋ ਦੁੱਧ ਘਰੇ ਇਹਨੇ ਮੁੱਕਣ ਦੇਣਾ ਨਹੀਂ ਗਾ, ਤੋਰ ਸਮਾਰ ਕੇ ਲੰਬੀ ਇਹਨੂੰ, ਅਤੇ ਬਾਕੀ ਥੱਲੇ ਥਾਣ ਲੇਵਾ ਦੇਖੋ, ਅਡਰ ਕੁਆਲਿਟੀ ਚੰਗੀ ਬਿਲਕੁਲ ਬਰੀਕਿਆਂ ਦੇ ਵਿੱਚ ਆ, ਨਾੜਾ ਜਮਾਂ ਥੱਲੇ ਭਾਰਤ ਦਾ ਨਕਸ਼ਾ ਬਣਿਆ ਪਿਆ ਇਹਦੇ, ਪੂਰੀ ਚੰਗੀ ਬਹੁਤ ਸੋਹਣੀ, ਜੋ ਮੈਂ ਗੱਲਾਂ ਵਿੱਚ ਵੀ ਕਹਿੰਦੇ ਤੂੰ ਵਾਧੂ ਬੋਲੀ ਜਾਂਦਾ ਇਹਦੇ ਬਾਰੇ, ਕਿਉਂਕਿ ਚੀਜ਼ ਮੂੰਹ ਚੰਗੀ ਜਦੋਂ ਸਾਹਮਣੇ ਆਪਣੇ ਅੱਖਾਂ ਦੇ ਹੈਗੇ ਨਾ ਤਾਂ ਮੱਲੋ ਮੱਲੀ ਬੋਲਣ ਨੂੰ ਜੀ ਕਰਦਾ, ਬਹੁਤ ਚੰਗੀ ਚੀਜ਼ ਹੈ ਜਮਾਂ, ਮੇਰੇ ਬਹੁਤ ਪਸੰਦ ਆਈ ਆ। ਅਤੇ ਪਰ ਕਿਉਂਕਿ ਆਪਾਂ ਦੁੱਧ ਦਾ ਕੰਮ ਕਰਕੇ ਨਹੀਂ ਰਾਜੀ ਇਹ, ਪਰ ਬੈਠ ਕੇ ਆਵਾਂ ਦੁੱਖ ਤੋੜ ਦੂ ਜਾਵਾਂ, 22-23 ਲੀਟਰ ਦੁੱਧ ਖੁੱਲ੍ਹਾ ਪਾ ਦੇਣਾ ਜਮਾਂ ਇਹਨੇ। ਸੋ ਤੋਰ ਵਗੈਰਾ ਦੇਖੋ, ਬਾਕੀ ਰਾਜੀ ਬਹੁਤ ਆ, ਖਾਣ ਪੀਣ ਨੂੰ ਪੂਰੀ ਖੁੱਲ੍ਹੀ ਹੈ ਵੀਰ, ਕਹਿੰਦੇ ਕੋਈ ਚੱਕਰ ਨਹੀਂ ਕਰਨੀ, ਜਿਹੜਾ ਕੋਈ ਮਰਜ਼ੀ ਪਾ ਦੇ ਇਹਨੂੰ। ਸੋ ਵੀਰੇ ਥਾਣ ਵਗੈਰਾ ਦੇਖੋ ਤੁਸੀਂ, ਅਤੇ ਵੀਰੇ ਨਿਆਣਾ ਮੰਨ ਲਵੇ ਪਾਓ ਜਾਂ ਨਾ ਪਾਓ ਹੈ ਨਾ, ਠੀਕ ਹੈ, ਸਵਾਹ ਦੇਖੋ ਬਹੁਤ ਚੰਗੀ ਜਮਾਂ, ਬਾਕੀ ਥਾਣਾ ਦਾ ਸਾਈਜ਼ ਦੇਖੋ ਪੂਰਾ ਮੁੱਠੀ ਵਾਲਾ ਥਾਣਾ। ਸੋ ਬਹੁਤ ਸੁਨੱਖੀ ਬੜਾ, ਪੂਰੀ ਚਾਰੇ ਪਾਸੇ ਲਾਈ ਆ, ਕਿਸੇ ਕੋਈ ਕਮੀ ਨਹੀਂ। 70,000 ਵੀਰ ਨੇ ਭਾਅ ਕੀਤਾ ਇਹਦਾ। ਅਤੇ ਅੱਗੇ ਵੀਰੇ ਦੂਜੇ ਨੰਬਰ 'ਤੇ ਆ ਕਾਲੀ ਵੈੜ ਖੜੀ ਜਿਹੜੀ ਵੱਡੀ, ਇਹ ਸੂਆ ਕਿਹੜਾ ਸੁਣਦੀ ਆ? ਠੀਕ ਹੈ, ਤੀਜਾ ਸੂਆ, ਅਤੇ ਦਿਨ ਦੱਸੇ ਹੋਣਗੇ ਮਾਲਕਾਂ ਨੇ ਕਿੰਨੇ ਕਿਲੇ ਜੂ? 7 ਦਿਨ ਸੂਣ 'ਚ, ਬਾਕੀ ਦੁੱਧ ਕਿੰਨਾ ਕੁ ਦੇ ਦੂਗੀ? ਠੀਕ ਹੈ, 24-25 ਲੀਟਰ ਤੱਕ ਦੇ ਸਕਦੇ। ਅਤੇ ਇਹਦਾ ਭਾਅ? ਇਹਦਾ 50,000 ਰੁਪਇਆ ਭਾਅ, ਅਤੇ ਦਿਨ 7-8 ਲੈ ਜੂ। ਸੋ ਵੀਰੇ ਦੂਜੇ ਨੰਬਰ ਵਾਲੀ ਬੈਠ ਦੇਖੋ ਕਰੋਸ ਅੰਗ ਦੀ, ਤੀਜਾ ਸੂਆ ਇਹ ਸੁਣੀ ਆ, ਹਫ਼ਤਾ ਸੂਣ 'ਚ ਬਾਕੀ ਪਿਆ, 24-25 ਲੀਟਰ ਦੁੱਧ ਇਹਦਾ ਦੂਜੇ ਸੂਏ ਦਿੱਤਾ ਹੋਇਆ ਹੈਗਾ, ਮੋੜ ਲਿਆ ਬਸ। ਅਤੇ ਕੱਦ ਕਾਠ ਵਾਲੀ ਪੂਰੀ ਵੱਡੀ ਬੈੜ ਆ ਜਮਾਂ, ਅਤੇ ਬਾਕੀ ਮਿਲਕ ਵੇਨ ਵਗੈਰਾ ਥਾਣ ਤੁਹਾਨੂੰ ਬਹੁਤ ਚੰਗਾ। ਅਤੇ ਬਾਕੀ ਨਾ ਅੱਜ ਆਪਾਂ ਦੋ ਬੈੜਾ ਦਿਖਾਈਆਂ, ਦਿਖਾਈਆਂ ਕਰੋਸ ਆ, ਅਤੇ ਕਰੋਸ ਇਹ ਨਹੀਂ ਮੰਨ ਕੇ ਚਲੋ ਵੀ ਛੋਟੀਆਂ ਦਿਖਾਤੀਆਂ, ਹਲਕੀਆਂ ਚੰਗੀਆਂ ਨਿਗਰ ਵਜਨ ਵਾਲੀਆਂ ਦਿਖਾਈਆਂ ਆਪਾਂ ਵੱਡੀਆਂ, ਮੰਨ ਕੇ ਚਲੋ ਵੀ ਬਾਲਟੀਆਂ ਦੁੱਧ ਦੀਆਂ ਪਾਈਆਂ ਦੱਸਣ ਵਾਲੀਆਂ ਚੀਜ਼ਾਂ ਇਹ, ਹਲਕੀਆਂ ਨਹੀਂ ਮੰਨ ਕੇ। ਹਾਂਜੀ ਵੀਰੇ ਨੰਬਰ ਬੋਲੋ ਦੁਬਾਰੇ। ਠੀਕ ਹੈ, ਜਿਹੜੇ ਆਪਾਂ ਮੁੱਲ ਕੀਤਾ ਗੁਜਾਇਸ਼ ਹੋਊ ਮੌਕੇ 'ਤੇ। ਠੀਕ ਹੈ, ਸੋ ਆਪਾਂ 2 ਨਗ ਦਿਖਾਤੇ ਵੀ ਆਪਣੇ ਪਿੰਡੋਂ ਹੀ ਦਿਖਾਏ ਆ, ਪਹਿਲੇ ਨੰਬਰ 'ਤੇ ਕਿਆ ਬਾਤਾਂ ਜਮਾਂ ਗੱਲਾਂ ਮੁੱਕ ਗਈਆਂ ਇਹਦੇ ਬਾਰੇ ਵਿੱਚ ਮੇਰੇ ਕੋਲ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ ਦੀ।